ਕੱਟੀ-ਕੁੱਟੀ ਨਾ ਮੈਂ ਥਾਪੜੇ ਲਾਉਂਦੇ ਜਿਹਨੇ ਮੂੰਹ ਮੈਂ ਮੈਂ ਥੋੜਾ ਸਾਈਡ ਤੇ ਜਾ ਆਏ ਤੇ ਮੂੰਹ ਕੁੱਟ ਦੂ ਉਹ ਟਰਾਂਮਾ ਜਾ ਕੱਟਿਆ ਤੇਰਾ ਕੈਮਰਾ ਜਾ ਹੁਣ ਗੱਲ ਸਿੱਧੀ ਜੀ ਆ ਮੇਰੀ ਗੱਲ ਸੁਣ ਵੀਰੇ ਮੈਂ ਮੈਂ ਹੁਣ ਇੰਨੇ ਆਪਦੇ ਬੈਲ ਦੱਸ ਤੇ ਮੈਂ ਚੱਜਦਾ ਤਾਂ ਨਹੀਂ ਯਾਰ ਹਾਂਜੀ ਹਾਂ ਨਾਜੀ ਠੀਕ ਆਪਾਂ ਸੱਚੀ ਗੱਲ ਆ ਬਬੇ ਜਿਹੜੀ ਹੈਗੀ ਨਸ਼ਾ ਬੀੜੀ ਪੀਣਾ ਮੈਂ ਹਨਾ ਪਰਕੇ ਮਾਲ ਦੀ ਪਰਕੇ ਵੀ ਪੀਣਾ ਹਨਾ ਜਿਹੜੀ ਗੱਲ ਆ ਵੀ ਮੇਰੀ ਮੈਂ ਕੀ ਸਹੀ ਤਾਂ ਦੰਨਾ ਯਾਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਹਰਮਨਦੀਪ ਸਿੰਘ ਤੇ ਰਾ ਦੇ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਜੋ ਸਾਡੇ ਨਾਲ ਮਹਿਮਾਨ ਹਨ ਇਹ ਪਹਿਚਾਣ ਦੇ ਮਹਤਾਜ ਹਨ ਕਿਉਂਕਿ ਇਹਨਾਂ ਨੂੰ ਕੋਈ ਵੀ ਨਹੀਂ ਜਾਣਦਾ ਹਲੇ ਤੱਕ ਇਹ ਮੇਰੇ ਵੀਰ ਕਿਸੇ ਦੇ ਰੂਬਰੂ ਨਹੀਂ ਹੋਏ ਨਾਹੀਂ ਇਹਨਾਂ ਵਿੱਚ ਕੋਈ ਕਲਾ ਹੈ ਨਾਹੀਂ ਕਿਸੇ ਹੋਰ ਚੀਜ਼ੇ ਮਾਇਨੇ ਪਰ ਮੈਂ ਇਹਨਾਂ ਨੂੰ ਅਕਸਰ ਮੋੜ ਤੇ ਬੈਠੇ ਦੇਖਦਾ ਫੋਨ ਤੇ ਲੱਗੇ ਰਹਿੰਦਾ ਇਹ ਸਾਰਾ ਦਿਨ ਬੀੜੀਆਂ ਪੀਂਦਾ ਗਾਉਂਦਾ ਰਹਿੰਦਾ ਮੈਂ ਸੁਪੇ ਹੋਏ ਰਸਤਮ ਦੀ ਸੁਪੇ ਹੋਏ ਕਲਾਕਾਰ ਦੀ ਕਲਾ ਨੂੰ ਪਹਿਚਾਣ ਲਿਆ ਤੇ ਮੈਂ ਸਮਝ ਗਿਆ ਕਿ ਇਹਨੇ ਅੱਗੇ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡਾ ਸਟਾਰ ਬਣ ਜਾਣਾ ਹੈ ਇਸ ਤੋਂ ਪਹਿਲਾਂ ਇਹ ਸਟਾਰ ਬਣੇ ਆਪਾਂ ਇਹਨੂੰ ਆਪਣੇ ਪੌਡਕਾਸਟ ਵਿੱਚ ਲਾ ਲਈ ਤੇ ਮੈਂ ਤੁਹਾਨੂੰ ਦੱਸਦਾ ਕਿ ਮੈਨੂੰ ਇਸ ਬਾਈ ਦਾ ਨਾਮ ਤੱਕ ਨਹੀਂ ਪਤਾ ਮੈਂ ਅੱਗੋਂ ਦੀ ਅੱਗੇ ਫਰਮਾਇਸ਼ ਪਵਾ ਕੇ ਇਹਨੂੰ ਆਪਣੀ ਪੌਡਕਾਸਟ ਵਿੱਚ ਬੁਲਾਇਆ ਚਲੋ ਆਓ ਸੁਣੋ ਸਭ ਨੂੰ ਰੂਬਰੂ ਕਰਾਉਨੇ ਹੈ ਬਾਈ ਦੇ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਵੀਰੇ ਹੋ ਠੀਕ ਹੋ ਵਧੀਆ ਜੀ ਵਧੀਆ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਣਾ ਨਾਮ ਦੱਸੋ ਤੁਸੀਂ ਕੱਚਾ ਦਾ ਪੱਕਾ ਦੋਨੇ ਦੱਸ ਦਿਓ ਕੱਚਾ ਨਾਮ ਰਗਾਗੀ ਆ ਪੱਕਾ ਨੋ ਗਰਦੀਪਾ ਠੀਕ ਹੈ ਤੇ ਆਪਣੇ ਇੱਥੇ ਜਗਾ ਲੱਭਣ ਚ ਕੋਈ ਦਿੱਕਤ ਤਾਂ ਨਹੀਂ ਹੋਈ ਤੁਹਾਨੂੰ ਨਾ ਨਾ ਬ੍ਰਹਿਮਨ ਮੁੰਡਾ ਛੱਡ ਕੇ ਦੀ ਮੋਟਰਸਾਈਕਲ ਤੇ ਮੈਂ ਕਹਿੰਦਾ ਵੀ ਜਦੋਂ ਤੁਹਾਨੂੰ ਪਤਾ ਹੈ ਪਤਾ ਤੁਹਾਨੂੰ ਵੀ ਮੈਂ ਵੱਡਾ ਕੁਝ ਬਣਨਾ ਕਲਾਕਾਰ ਹਾਂ ਹਾਂ ਤੁਸੀਂ ਬਹੁਤ ਵੱਡੇ ਕਲਾਕਾਰ ਬਣੋਗੇ ਮੈਂ ਮੈਨੂੰ ਪਤਾ ਸੋ ਤੁਹਾਨੂੰ ਕੀ ਪਤਾਗਾ ਕੋਕ ਮੈਨੂੰ ਪਤਾ ਤੁਸੀਂ ਸ਼ਾਇਰੂ ਸ਼ਾਇਰੀ ਕਰਦੇ ਹੋ ਤੁਸੀਂ ਬਹੁਤ ਵੱਡੇ ਰਾਈਟਰਾਂ ਨੂੰ ਪੜ੍ਹਦੇ ਹੋ ਜਿਵੇਂ ਕਿ ਹੁਣ ਵੀ ਕਿਤਾਬਾਂ ਤੁਹਾਡੇ ਹੱਥ 'ਚ ਨੇ ਹਰ ਵਕਤ ਕਿਤਾਬਾਂ ਤੁਸੀਂ ਆਪਣੇ ਹੱਥ 'ਚ ਰੱਖਦੇ ਹੋ ਮੈਂ ਤਾਂ ਪੜ੍ਹਦਾ ਨਹੀਂ ਇਹ ਇਹ ਚੀਜ਼ਾਂ ਪਤਾ ਕੀ ਆ ਇਹ ਚੀਜ਼ਾਂ ਆਉਣ ਵਾਲੇ ਸਮੇਂ ਨੂੰ ਦਰਸਾਉਂਦੀਆਂ ਨੇ ਵੀ ਤੁਸੀਂ ਆਉਣ ਵਾਲੇ ਸਮੇਂ 'ਚ ਬਹੁਤ ਵੱਡੇ ਕਲਾਕਾਰ ਕਿਤਾਬਾਂ ਜੀ ਜੀ ਮੈਂ ਤਾਂ ਪੜ੍ਹਦਾ ਹੀ ਨਹੀਂ ਮੈਂ ਤਾਂ ਬੋਰ ਹੋ ਜਾਂਦਾ ਕਿਤਾਬਾਂ ਫਿਰ ਭਾਈ ਤੁਸੀਂ ਕਿਤਾਬਾਂ ਕਰਵਾ ਕੇ ਚੱਕੀ ਬੈਠੇ ਮੈਂ ਤਾਂ ਵੀ ਰੂ ਹੀ ਰੱਖ ਰੱਖੀਆਂ ਨੇ ਅੱਜ ਕੱਲ ਇਹਨਾਂ ਨੇ ਕਿਹੜਾ ਕਿਤਾਬਾਂ ਪੜ੍ਹਦਾ ਮੁੰਦਰਾ ਪਾਈਆਂ ਤੁਸੀਂ ਵੱਡੀਆਂ ਵੱਡੀਆਂ ਬੜੀਆਂ ਲਾਲ ਮੁੰਦਰਾ ਦੀ ਗੱਲ ਫੇਰ ਕਰ ਇੱਕ ਮਿੰਟ ਵੀਰੇ ਤੂੰ ਖੜ ਜਾ ਤੂੰ ਕਿਤਾਬਾਂ ਕਿਹੜਾ ਪੜਦਾ ਅੱਜ ਕੱਲ ਮੈਨੂੰ ਐਂ ਦਾ ਦੱਸ ਆ ਅੱਜ ਕੱਲ ਤਾਂ ਯਾਰ ਇਹ ਤਾਂ ਭੁੱਲ ਗਿਆ ਕਿਤਾਬਾਂ ਨੂੰ ਤਾਂ ਮੈਂ ਤਾਂ ਆਪਣੀ ਪੜਦਾ ਯਾਰ ਚਲੋ ਕੋਈ ਗੱਲ ਨਹੀਂ ਕਰਤਾ ਮੈਂ ਨਹੀਂ ਪੜਦਾ ਤਾਂ ਬਈ ਪਹਿਲੀ ਪੜਦੇ ਦੀ ਕਿਤਾਬਾਂ ਦਾ ਅਜੇ ਕਿਤਾਬਾਂ ਪੜਨੀਆਂ ਚਾਹੀਦੀਆਂ ਨੇ ਕਿਤਾਬਾਂ ਦੇ ਬੜਾ ਕੁਝ ਸਿੱਖਣ ਨੂੰ ਮਿਲਦਾ ਮੇਰੇ ਵੀਰੇ ਕਿਤਾਬਾਂ ਪੜਨੀਆਂ ਕਿਤਾਬਾਂ ਪੜਨੀਆਂ ਚਾਹੀਦੀਆਂ ਨੇ ਕਿਤਾਬਾਂ ਅੱਜ ਕੱਲ ਵੀਰ ਕਿੱਥੇ ਨੇ ਟ੍ਰੈਂਡ ਯਾਰ ਕਿੱਥੇ ਪੜ ਮੁਦਰਾ ਦੀ ਗੱਲ ਕਰਦੇ ਸੀ ਆਪਾਂ ਮੁਦਰਾ ਦਾ ਕੀ ਰਾਜ ਵੀਰ ਜੀ ਮੁਦਰਾ ਪਈਆਂ ਨੇ ਤੁਸੀਂ ਕੰਨਾਂ ਚ ਮੁਦਰਾ ਗਲਤ ਛੱਡ ਲਿਆ ਯਰ ਹਾਂਜੀ ਭਾਈ ਗਲਤ ਛੱਡਦੇ ਕੀ ਗੱਲੋ ਗਾਗੀ ਵੀਰ ਠੀਕ ਹੋ ਤੁਸੀਂ ਉਹ ਕੀ ਉਹ ਵੀ ਤਾਂ ਰੋਣੇ ਲੱਗਿਆ ਤੰਦਰਾ ਗਾਗੀ ਕੀ ਗੱਲੋ ਕੀ ਭਾਈ ਮੇਰੇ ਲਾਈਵ ਚੱਲ ਰਿਹਾ ਯਾਰ ਕੀ ਗੱਲੋ ਗਾਗੀ ਰੋ ਰੋ ਉਚੀ ਰੋ ਉਚੀ ਰੋ ਮਸਕ ਨਾਲ ਜੋ ਉਚੀ ਰੋ ਕੀ ਗੱਲ ਹੋ ਗਈ ਰੋਣਾ ਕਿਉਂ ਮੇ ਰੋਣਾ ਕਿਉਂ ਰੋਣਾ ਕਿਉਂ ਮੇ ਵੀ ਰੋਣਾ ਚੰਟੀ ਕੁਕ ਮਾਰ ਰੋਣਾ ਕਿਉਂ ਕੁਕ ਮਾਰ ਕੀ ਗੱਲ ਹੋ ਗਈ ਵੀਰੇ ਰੋ ਕੇ ਰਹਿ ਤੁਸੀਂ ਨਾ ਤੂੰ ਪਹਿਲਾਂ ਤਾਂ ਉਹਦਾ ਕਰਿਆ ਰੋ ਕੇ ਰੋ ਮੈਨੂੰ ਕੰਨ ਚ ਕਹੀ ਉਚੀ ਰੋ ਉਚੀ ਰੋ ਕਿਉਂ ਇਹ ਕੀ ਮਤਲਬ ਆ ਬਾਈ ਤੇਰਾ ਲਾਈਵ ਚੱਲ ਰਿਹਾ ਲਾਈਵ ਚੱਲ ਰਿਹਾ ਮੈਨੂੰ ਪਤਾ ਕੱਟਦੇ ਲਾਈਵ ਚੱਲ ਰਿਹਾਗਾ ਮੁਦਰਾ ਦਾ ਤਾਂ ਇਹ ਮੈਂ ਯਾਰ ਪਹਿਲਾਂ ਮੁਦਰਾ ਵਾਲਾ ਕਰ ਲਈ ਆਪਾਂ ਹੂੰ ਮੁਦਰਾ ਯਾਰ ਕੁੜੀ ਦੇ ਕਾਂਟੇਤੀ ਹੈ ਜਿਹੜੇ ਉਹਨੂੰ ਮੈਂ ਦੇਣੇ ਦੀ ਗਏ ਇੱਕ ਦਿਨ ਹੀ ਰਹਿੰਦਾ ਸੀ ਵੀ ਮੱਸਿਆ ਤੇ ਤੇਜੀ ਉਹਨੂੰ ਤੇ ਦਿੱਤੇ ਨਹੀਂ ਕਿ ਉਹਦਾ ਵਿਆਹ ਹੋ ਗਿਆ ਸੀ ਫਿਰ ਠੀਕ ਹੈ ਜੀ ਹਾਂ ਅੱਛਾ ਇਹ ਕੁੜੀ ਮੈਂ ਜਾਨੀ ਕਿ ਮੈਨੂੰ ਮੋਬਾਈਲ ਦੀ ਮਿਲੀ ਤੀਗੀ ਇੰਸਟਾਗ੍ਰam ਤੇ ਹੂੰ 3-4 ਲੱਖ ਰੁਪਿਆ ਦਿੱਤਾ ਬਾਈ ਤੁਸੀਂ ਕੁੜੀ ਨੂੰ 3-4 ਲੱਖ ਰੁਪਏ ਦੇ। ਹਾਂ ਕਰਜ਼ੇ ਦੇ ਚੱਕੇ ਬਾਈ। ਅੱਛਾ ਅੱਛਾ ਮੈਂ ਬ੍ਰੇਸ ਦੀ ਸੋਡੀ ਗੱਲ 1 ਮਿੰਟ ਬਚਾ ਲਿਆ ਮੈਂ ਸੋਡੀ ਗੱਲ। ਕਦੇ ਬਾਈ ਗੱਲ ਨਹੀਂ ਹੋਈ। ਮੈਂ ਸੋਡੀ ਗੱਲ ਕੱਟਦਾ ਸੌਰੀ। ਆਪਾਂ ਫੇਰ ਕਰਦੇ ਹਾਂ ਗੱਲ। ਪਹਿਲਾਂ ਤਾਂ ਮੈਨੂੰ ਇਹ ਦੱਸੋ ਜਿੰਮੇ ਦੀ ਤੁਹਾਡੀ ਕੰਡੀਸ਼ਨ ਆ ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਨਾ। ਸੋ ਬਿਲਕੁਲ 3 ਲੱਖ ਕਿੱਥੇ ਆਇਆ ਕਿੱਥੋਂ? ਵੀਰੇ ਮੈਂ ਪੱਠੇ ਤੇ ਲੱਗਿਆ ਹੋਇਆ ਸੀ ਜ਼ਿਆਕਸਰ। ਗਾਗੀ ਪੱਠੇ ਤੇ ਲੱਗਿਆ ਹੋਇਆ ਸੀ। ਪੱਠੇ ਤੇ ਪੱਠੇ ਤੇ ਮੈਂ ਲੱਗਿਆ ਵੀਰੇ। ਠੀਕ ਹੈ ਜੀ। ਠੀਕ ਆ। ਵੀਰੇ ਬੇਟਰ ਦਾ ਕੰਮ ਮੈਂ ਕੀਤਾ। ਅੱਛਾ ਜੀ। ਠੀਕ ਹੈ। ਮੈਂ ਵੀਰੇ ਦਸੇ ਨੋਹਾਂ ਦੀ ਕਿਰਤ ਕੀਤੀ ਹਨਾ। ਅਸੀਂ ਬਰਾਂਡਾ ਪਾਉਣਾ ਦੀ ਵੀਰੇ। ਠੀਕ ਹੈ। ਠੀਕ ਆ। ਪੈਸਲ ਦੀ ਸੁਭਾਤ ਦੇੜਨੀ ਦੀ ਸੀ ਵੀਰੇ ਹਨਾ। ਠੀਕ ਹੈ ਜੀ। ਔਕੜੀ ਕਹਿੰਦੀ ਵੀ ਐਵੇਂ ਕਰਕੇ ਆਪਣਾ ਕੋਈ ਬਿਜ਼ਨਸ ਹੈ ਜੋ ਵੀ ਹੈਗਾ ਹਨਾ ਮੈਨੂੰ ਚਲੋ ਅਟੈਚਮੈਂਟ ਹੋ ਗਈ ਉਹਨੂੰ। ਹੋਈ ਪਤਾ ਨਹੀਂ ਰੱਬ ਦੀ ਹੋਆ ਵੀਰੇ ਹਣਾ ਉਹਨੂੰ ਚਲੋ ਨਾਮ ਨਾਮ ਕੀ ਗੋਰੀ ਦੱਸ ਸਕਦੇ ਹੋ ਸਾਡੇ ਦਰਸ਼ਕਾਂ ਨੂੰ ਨਾਮ ਦੱਸ ਸਕਦੇ ਕੁੜੀ ਜਾਂ ਵੀਰੇ ਨਾਮ ਤੁੱਲ ਗਿਆ ਵੀਰੇ ਮੈਂ ਨਾਮ ਨਹੀਂ ਦੱਸ ਸਕਦਾ ਅੱਛਾ ਚਲੋ ਚਲੋ ਵੀਰੇ ਜਿਹੜੀ ਗੱਲ ਹੈ ਬਦਨਾਮ ਨਾ ਹੋ ਜੇ ਇਸ ਚੀਜ਼ ਤੋਂ ਡਰਦੇ ਹੋ ਪਰ ਵੀਰੇ ਐਵੇਂ ਆ ਯਾਰ ਮੈਂ ਮੇਰਾ ਇੰਨਾ ਕੀਤਾ ਯਾਰ ਸੌ ਲੱਗੇ ਯਾਰ ਪਰ ਲੋਕ ਕਹਿੰਦੇ ਉਹਨਾਂ ਨੇ ਵੀ ਪੰਜੇ ਉਂਗਲਾਂ 1000 ਨਹੀਂ ਹੁੰਦੀਆਂ ਪਰ ਮੈਨੂੰ ਪੰਜੇ ਉਂਗਲਾਂ 1000 ਮਿਲੀਅਨ ਨੇ ਯਾਰ ਮੈਂ ਜੀ ਨੂੰ ਪਿਆਰ ਕੀਤਾ ਯਾਰ ਚੜ੍ਹ ਆਇਆ ਯਾਰ ਇੱਕ ਪਾਸੇ ਤਾਂ ਬੰਦਾ ਮਿਕ ਰਿਜ਼ਲਟ ਕੱਢਦੇ ਆਪਰੇ ਬਈ ਇੱਕ ਪਾਸੇ ਤਾਂ ਕੁੜੀ ਨੂੰ ਵੀਰੇ ਸੂਟ ਧਰਦੀ ਇੱਕ ਪਾਸੇ ਵੀਰੇ ਤੂੰ ਯਾਰ ਗੁਰਦਾ ਕੱਢ ਕੇ ਧਰਦੀ ਅਗਲੀ ਸੂਟ ਕੁੜੀ ਭਜੋ ਗੁਰਦੇ ਕੁੜੀ ਨਹੀਂ ਭਜਦੀ ਵੀਰੇ ਇਹਨਾਂ ਨੂੰ ਪਿਆਰ ਪਿਆਰ ਦਾ ਪਤਾ ਹੀ ਨਹੀਂ ਯਾਰ ਵੀ ਪਿਆਰ ਹੁੰਦਾ ਕੀ ਆ ਯਾਰ ਮੇਰੀਆਂ ਚਲੋ ਪੈਣਾ ਖਾਣ ਸਾਰੀਆਂ ਕੰਨਿਆਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਵੀਰੇ ਸਾਰੀਆਂ ਨੂੰ ਕੋਈ ਸਾਰੀਆਂ ਨੂੰ ਕੋਈ ਅੱਧੀ ਸਿਆਣੀਆਂ ਵੀ ਹੋਣੇ ਜਿਹੜੀਆਂ ਧੋਖਾ ਕਰਦੀਆਂ ਨੇ ਜਿਹੜੀਆਂ ਕੁੜੀਆਂ ਕਰਦੀਆਂ ਨੇ ਧੋਖਾ ਭੋਲੇ ਹਾਂ ਉਹ ਸਾਰੀਆਂ ਨੂੰ ਕਿਉਂ ਬਦਨਾਮ ਕਰਦੇ ਹੋ ਤੁਸੀਂ ਮੈਨੂੰ ਬੋਲਣ ਦਿਓ ਬੋਲ ਪਾ ਜਿਹੜੀਆਂ ਭੋਲੇ ਭਾਲੇ ਮੁੰਡਿਆਂ ਨੂੰ ਆਪਣੇ ਪਿਆਰ ਦੇ ਜਾਲ ਚ ਫਸਾਉਂਦੀਆਂ ਨੇ ਉਹਨਾਂ ਨਾਲ ਧੋਖਾ ਕਰਦੀਆਂ ਨੇ ਉਹਨਾਂ ਦੇ ਪੈਸੇ ਖਾਂਦੀਆਂ ਨੇ ਨਾ ਕਰੋ ਨਾ ਕਰੋ ਨਾ ਕਰੋ ਨਾਰੋ ਲੋ ਪੰਜਾਬ ਦੀ ਜਵਾਨੀ ਨੂੰ ਆ ਗੱਬਰੂ ਛੈਲ ਛਵੀਲੇ ਦੇਖ ਲੋ ਕੀ ਹਾਲ ਹੋ ਗਏ ਰਾਂਜਾ ਜੋਗੀ ਹੋਇਆ ਕੰਨਾਂ ਵਿੱਚ ਮੁੰਦਰਾ ਪਾਈਆਂ ਬੁਰਾ ਹਾਲ ਹੋ ਗਿਆ ਮੁੰਡੇ ਦਾ ਯਾਰ ਐਸੀਆਂ ਗੱਲਾਂ ਕਰਦੀਆਂ ਸੀ ਭਾਈ ਮੇਰੀ ਗੱਲ ਸੁਣਾ ਰਹਿਣਾ ਖੁੰਦਾ ਕੈਨੇਡਾ ਯਾਰ ਪੈਣ ਚ ਰਹਿਣਾ ਖੁੰਦਾ ਕੈਨੇਡਾ ਨੇ ਯਾਰ ਜਿਹੜੀ ਤੋਂਖਾਰ ਇੱਕ ਸ਼ੋਅ ਹੈ ਗੱਲ ਨਹੀਂ ਕੱਟਣੀ ਹੈ ਤੁਸੀਂ ਗੱਲ ਕੱਟਦੇ ਚੱਲਾ ਇਹ ਤਾਂ ਹੁਣ ਪਿੰਡਾਂ ਨਾਲ ਤੇ ਹੁੰਦੀ ਹੈਗਾ ਮੇਰੀ ਗੱਲ ਸੁਣ ਰਹਿਣਾ ਖੁੰਦਾ ਕੈਨੇਡਾ ਮੈਨੂੰ ਜੇ ਝੰਟ ਲੱਭ ਜੇ ਮੋਦੀ ਲੱਤ ਤੋੜਦਾ ਯਾਰ ਇੱਕ ਤਰ੍ਹਾਂ ਧੋਖਾ ਕਰਦੇ ਧੋਖੇ ਵਾਲੀ ਕੁੜੀ ਦਾ ਤਾਂ ਬੀਜਾ ਉਈ ਨਾਲ ਲਗਾਉਣਾ ਜਿੱਦੇ ਝੰਟ ਲੱਭ ਗਿਆ ਮੈਨੂੰ ਵੀ ਨਾਲ ਲੈ ਜੀ ਹਾਂ ਕਦੀ ਲੱਤ ਮੈਂ ਵੀ ਤੋੜਨੀ ਆ ਧੋਖੇ ਵਾਲੀ ਜਿਹਦਾ ਵੀ ਪਤਾ ਉਹਦੇ ਤੁਸੀਂ ਡਾਕੂਮੈਂਟਸ ਉਹਦੀ ਹਿਸਟਰੀ ਪਤਾ ਕਰੋ ਜਿਹਦਾ ਧੋਖਾ ਕਰਕੇ ਗਈ ਆ ਫਰਾਡ ਤੋਂ ਉਹਦਾ ਬੀਜਾ ਕਿਉਂ ਦਬਾਉਣੇ ਚੱ ਰਹੇ ਨੇ ਕੋਈ ਜੱਜ ਗਾਗੀ ਵੀਰ ਮੈਂ ਇਤਰੀ ਗੱਲ ਨਾਲ ਜਮ੍ਹਾਂ ਸਹਿਮਤ ਆ ਮੈਨੂੰ ਝੰਟ ਲੱਭੇ ਲੱਤ ਤੋੜੂ ਮੈਂ ਇਹ ਗੱਲਾਂ ਕੋਈ ਅੱਗ ਲਾ ਕੇ ਫੂਕੂ ਯਾਰ ਸਰਕਾਰ ਨੂੰ ਹੱਥ ਆਹ ਦੇਖੋ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਆ ਗਾ ਵਿਚਾਰ ਕੀਤਾ ਜਾਵੇ ਏਜੰਟ ਵੀਜ਼ਾ ਲਵਾਉਣ ਤੋਂ ਪਹਿਲਾਂ ਇਹ ਦੇਖਣ ਵੀ ਕੁੜੀ ਕਿਸੇ ਮੁੰਡੇ ਨਾਲ ਧੋਖਾ ਕਰਕੇ ਤਾਂ ਨਹੀਂ ਜਾਂ ਧੋਖਾ ਕਰਕੇ ਜਾ ਤਾਂ ਨਹੀਂ ਰਹੀ ਸਹੀ ਹੈ ਸਹੀ ਹੈ ਯਾਰ ਹੋਰ ਪੁੱਛ ਤੂੰ ਮੈਂ ਜਾਣਾ ਬਾਬੇ ਰਾਜ ਸਾਡੇ ਬੰਦੇ ਖੜਦੇ ਨੇਗੇ ਉੱਥੇ ਨਹਿਰ ਤੇ ਕੋਈ ਗੱਲ ਨਹੀਂ ਆ ਜੂਰੀ ਰਹਿ ਜਾ ਆਪਣੇ ਕੋਲ ਉਹ ਬਾਬੇ ਰਹੇ ਦਾ ਰੁਦਸਨਾ ਦਾ ਬਾਬੇ ਤੇ ਮੈਂ ਪੁੱਛਣਾ ਚਾਹਣਾ ਕਿ ਗਾਗੀ ਉਰਫ ਗੁਰਦੀਪ ਸਿੰਘ ਦਾ ਏਮ ਕੀ ਹੈ ਜ਼ਿੰਦਗੀ ਚ ਗਾਗੀ ਦਾ ਏਮ ਕੀ ਹੈ ਹਾਂ ਦੇ ਕੀ ਕੋਈ ਜਾਂਦਾ ਯਾਰ ਉਹ ਯਾਰ ਮੈਨੂੰ ਭੜ ਲੱਗਦੀ ਆ ਬਾਬੇ ਯਾਰ ਕੋਈ ਨਹੀਂ ਕੋਈ ਨਹੀਂ ਬਾਬੇ ਬੰਸ਼ੇੜੀ ਬੁੰਦਾ ਵਾ ਯਾਰ ਫਿਰ ਚਪਾਲਾ ਪਾਪਾ ਕਿਉਂ ਵਿੱਚ ਜਲੂਸ ਕਰਾਏਗਾ ਇਹ ਨਾ ਕੱਟੀ ਨਾ ਉਸ ਉਹ ਲਾ ਕੇ ਤਾਂ ਮੈਂ ਰੱਖੂ ਚੱਲ ਪਿੰਦਾ ਨਹੀਂ ਪਿੰਦਾ ਨਹੀਂ ਮੇਰੀ ਗੱਲ ਸੁਣ ਉਹ ਅਗਰ ਤੁਸੀਂ ਪਿੰਦਾ ਮੇਰੀ ਗੱਲ ਸੁਣੋ ਗਾਗੀ ਜੀ ਗਾਗੀ ਜੀ ਉਹ ਉਦਾਂ ਰੱਖ ਲਓ ਚਲਾਉਣੀ ਨਹੀਂ ਨਹੀਂ ਪਤਾ ਕਿ ਬੱਚੇ ਸ਼ੋਅ ਦੇਖਦੇ ਨੇ ਬੱਚੇ ਵਿਗੜਨਗੇ ਆਪਾਂ ਲੋਕਾਂ ਨੂੰ ਵਧੀਆ ਚੀਜ਼ਾਂ ਵੱਲ ਜਾਗਰੂਕ ਕਰਨਾ ਤੇ ਨਹੀਂ ਲਾਉਣਾ ਗਾਗੀ ਜੀ ਚੰਗਾ ਨਹੀਂ ਲੱਗਦਾ ਤੁਸੀਂ ਮੈਂ ਕਿਹਨੂੰ ਦੇਖ ਦੇਂਦੇ ਮੂੰਹ ਚ ਪਾ ਕੇ ਰੱਖ ਲੈਣਾ ਪਾਲ ਲੱਗਦੀ ਆ ਮੈਨੂੰ ਮੈਂ ਕੀ ਕਰਾਂ ਯਾਰ ਹੂੰ ਪੁੱਛੀ ਗਏ ਮੇਰੀ ਸਾਡੇ ਖਾਸ ਮਹਿਮਾਨ ਗੁਰਦੀਪ ਸਿੰਘ ਗਾਗੀ ਹਾਂ ਪੁੱਛ ਚਲੋ ਜੀ ਤੇ ਗਾਗੀ ਜੀ ਥੋੜਾ ਏਮ ਕੀਆ ਜਿੰਦਗੀ ਚ ਏਮਤਾ ਯਾਰ ਬਸ ਵਧੀਆ ਵਿਆਹ ਕਰਾਉਣੀ ਆ ਯਾਰ ਏਮਤਾ ਵਧੀਆ ਵਿਆਹ ਹੀ ਕਰਾਉਣਾ ਮੈਂ ਐਵੇਂ ਨਹੀਂ ਕਰ ਰਿਹਾ ਤੁਸੀਂ ਸਮਝੇ ਨਹੀਂ ਮੇਰੀ ਗੱਲ ਮਤਲਬ ਜ਼ਿੰਦਗੀ ਚ ਤੁਸੀਂ ਬਣਨਾ ਕੀ ਚਾਹੁੰਦੇ ਹੋ ਹਾਂ ਬਸ ਐਵੇਂ ਵੀ ਵਧੀਆ ਬਸ ਵੀ ਵਧੀਆ ਵਿਆਹ ਹੋ ਜਾ ਯਾਰ ਬਸ ਐਵੇਂ ਏਮਤਾ ਤੁਸੀਂ ਮੇਰੀ ਗੱਲ ਨਹੀਂ ਸਮਝੇ ਮਤਲਬ ਬੰਦੇ ਦਾ ਕੋਈ ਸੁਪਨਾ ਹੁੰਦਾ ਨਾ ਮੈਂ ਵੱਡਾ ਹੋ ਕੇ ਆ ਬਣਾ ਵੱਡਾ ਹੋ ਕੇ ਉਹ ਬਣਾ ਤੁਸੀਂ ਵੀ ਵੱਡਾ ਹੋ ਕੇ ਬਸ ਵਧੀਆ ਵਿਆਹ ਹੋ ਜਾਏ ਬਸ ਵਧੀਆ ਸੈਟਅਪ ਹੋ ਜਾਏ ਹੋਰ ਕੀ ਆਗਾ ਜਿਵੇਂ ਦੇਖੋ ਤੁਸੀਂ ਬੁੱਕਸ ਚੱਕੀ ਹੁੰਦੇ ਜਿਵੇਂ ਆਪਣੇ ਸੇਵ ਕੁਮਾਰ ਜੀ ਸੇਵ ਕੁਮਾਰ ਜੀ ਹੈਨਾ ਮੈਨੂੰ ਤਾਂ ਪੜਨਾ ਨਹੀਂ ਆਉਂਦਾ ਲਿਖਦੇ ਸੀ ਹਨਾ ਲਿਖਾਰੀ ਸੀ ਇਹ ਲਿਖਾਰੀ ਬਣੇ ਹਨਾ ਆਪਣੀ ਜ਼ਿੰਦਗੀ ਜਿਵੇਂ ਲਾਲੋ ਅੱਜ ਦੇ ਸਮੇਂ ਚ ਲਾਲੋ ਵਿਰਾਟ ਕੋਹਲੀ ক্রিকেট ਖੇਡਦਾ ਆਪਣਾ ਦਲਜੀਤ ਦੋਸਾਂਜੋ ਤੇ ਜਾਦੀ ਤਾ ਮੈਨੂੰ ਤਾਂ ਗਦਾਬਾਂ ਮੈਨੂੰ ਤਾਂ ਥਿਆਈਆਂ ਨੇ ਗੀਆਂ ਇਹ ਗਦਾਬਾਂ ਹਾਂ ਉੱਥੇ ਰਾਜ ਪਈਆਂ ਦੀ ਮੈਨੂੰ ਤਾਂ ਥਿਆਈਆਂ ਨੇ ਭਾਈ ਇਹ ਗਦਾਬਾਂ ਮਾੜਾ ਸਮਾਗਿਆ ਮਾੜਾ ਸਮਾਗਿਆ ਕਤਾਬਾ ਵੀਰ ਰੋਲਣ ਲੱਗੀਆਂ ਸੜਕਾਂ ਤੇ ਤੇ ਜਿਵੇਂ ਆਪਣਾ ਵਿਰਾਟ ਕੋਹਲੀ క్రికెਟਰ ਹੈ ਅਬਰੰਦਰਜੀਤ ਦਸਾਂਝ ਗਾਣੇ ਗਾਉਂਦਾ ਹੈ ਐਕਟਿੰਗ ਕਰਦਾ ਹੈ ਹਨਾ ਉਵੇਂ ਦਾ ਮਤਲਬ ਇਹਨਾਂ ਨੇ ਵੀ ਬਚਪਨ ਚ ਸੋਚਿਆ ਹੋਣਾ ਨਾ ਇਹਨਾਂ ਨੇ ਵੀ ਮੈਂ ਵੱਡਾ ਹੋ ਕੇ ਸਿੰਗਰ ਬਣੂ ਵੱਡਾ ਹੋ ਕੇ క్రికెਟਰ ਬਣੂ ਉਹ ਵੀ ਆਪਣੇ ਗਾਗੀ ਸਿੰਘ ਜੀ ਵੱਡੇ ਹੋ ਕੇ ਕੀ ਬਣਨਾ ਚਾਹੁੰਦੇ ਸੀ ਹਾਂ ਐਵੇਂ ਮੈਂ ਐਵੇਂ ਵੀ ਬਸ ਵਧੀਆ ਯਾਰ ਵਿਆਹ ਹੋ ਜੇ ਹੋਰ ਕੀ ਵਧੀਆ ਸੈਟ ਵਿਆਹ ਹੋ ਜੇ ਯਾਰ ਹੋਰ ਚਲੋ ਠੀਕ ਹੈ ਤੇ ਇੱਕ ਅਸੀਂ ਦੇਖਿਆ ਇੰਸਟਾਗ੍ਰਾਮ ਤੇ ਛੋਡੀ ਰੀਲ ਬਹੁਤ ਜ਼ਿਆਦੇ ਫੇਮਸ ਹੁੰਦੀ ਆ ਬਹੁਤ ਜ਼ਿਆਦੇ ਜਦ ਵੀ ਗਾਗੀ ਦੀ ਕੋਈ ਰੀਲ ਪੈਂਦੀ ਉਹ ਬਹੁਤ ਜ਼ਿਆਦੇ ਫੇਮਸ ਨੇ ਪਰ ਛੋਡੀ ਇੱਕ ਰੀਲ ਮਿਲੀਅਨਾਂ ਤੇ ਗਈ ਬਹੁਤ ਹੀ ਜ਼ਿਆਦੇ ਚੱਲੀ ਉਹ ਮੈਂ ਵੀ ਦੇਖੀ ਮੈਂ ਲਾਈਕ ਵੀ ਕੀਤਾ ਕਮੈਂਟ ਵੀ ਕੀਤਾ ਮੈਂ ਫਿਰ ਸਾਨੂੰ ਇੱਥੇ ਬੁਲਾਇਆ ਸੱਦਿਆ ਹਣਾ ਮਤਲਬ ਛੋਡੀ ਇੱਕ ਵਿਆਹ ਚ ਨਾ ਵਿਆਹ ਦਾ ਮਾਹੌਲ ਦੇ ਸਿੱਤਰ ਪੈ ਰਹੇ ਨੇ ਬਹੁਤ ਜ਼ਿਆਦੇ ਥੋੜੇ ਕੱਪੜੇ ਲੀਰੋ ਲੀਰ ਪਾੜ ਤੇ ਬੁਰੇ ਹਾਲ ਬੈਂਕੇ ਦਿਹਾੜੇ ਮੈਂ ਕਿਹਾ ਮੁੰਡਾ ਪਾਰਖਿਆ ਦੇਖ ਯਾਰ ਆਪਾਂ ਨਾ ਡੰਗਰਾ ਵਾਂਗੂ ਕੁੱਟ ਲਾਏ ਰਹੇ ਨੇ ਗੱਲ ਨਹੀਂ ਹੋਈ ਸੀ ਕੋਈ ਚੱਕਰ ਨਹੀਂ ਆਪਾਂ ਸੱਚੇ ਆ ਯਾਰ ਜਦੋਂ ਸੱਚੇ ਆ ਕਹਿੰਦੇ ਜਿਹਨੂੰ ਰਸੇ ਚੱਬਣ ਦੀ ਆਦਤ ਪੈ ਜੇ ਉਹ ਰਸੇ ਚੱਬੇ ਬਿਨਾ ਰਹਿੰਦੀ ਆਪਾਂ ਆਸ਼ਕਾਂ ਯਾਰ ਨਸ਼ੇ ਬਈ ਮੈਂ ਕਰਦਾ ਹੈ ਚੋਰੀ ਦੀ ਮੈਨੂੰ ਆਦਤ ਆ ਆਸ਼ਕੀ ਦੀ ਮੈਨੂੰ ਆਦਤ ਤਿੰਨ ਚਾਰ ਬੈਲ ਨੇ ਮੈਨੂੰ ਹਣਾ ਕਿਸਤਾਂ ਵਾਲੇ ਮੁੜ ਜਾਂਦੇ ਨੇ ਬਾਈ ਦੇਖ ਕੇ ਕੌਣ ਕੁੜੀ ਕਿਹਨੇ ਤੀ ਡੋਬਣੀ ਹਾਂ ਕੌਣ ਕੁੜੀ ਡੋਬਦਾ ਯਾਰ ਇਹ ਜੇ ਹਨਾ ਨਸ਼ੇੜੀ ਆਮਲੀ ਬੰਦੇ ਨੂੰ ਹਨਾ ਵੀ ਮੈਂ ਇਹ ਕਹਿਣਾ ਯਾਰ ਬੀਬਈ ਕੀ ਗੱਲ ਕਰਦੀ ਤੇ ਮੈਨੂੰ ਚੌਂਦੀ ਲੱਗ ਜਾਂਦੀ ਆ ਤੇਰਾ ਮਤਲਬ ਸਟਰੋਲ ਹੋਈ ਸੀ ਬਹੁਤ ਜਿਆਦਾ ਵਿਆਹ ਤੋਂ ਕੁੱਟਿਆ ਗਿਆ ਸੀ ਆਪਾਂ ਕੁਐਸਚਨ ਉਹ ਕੋਈ ਰਹਿ ਜੂਗੀ ਉਹ ਪਾਸੇ ਦੇ ਲੈਣ ਨੂੰ ਬਾਈ ਪਤਾ ਕੀ ਦੀ ਮੈਂ ਨਾ ਕੁੜੀਆਂ ਨਾਲ ਬਾਈ ਗੱਲ ਕੀਤੀ ਕੁੜੀਆਂ ਨੇ ਬਾਈ ਮੈਨੂੰ ਜਿਹੜੀਆਂ ਵੀ ਮੇਰੇ ਖਾਨ ਦੀਆਂ ਸੀਗੀਆਂ ਉਹ ਕੁੜੀਆਂ ਨੇ ਬਾਈ ਮੈਨੂੰ ਨਹੀਂ ਯਾਰ ਪਸੰਦਗੀ ਟਾ ਲੈ ਗਈ ਤਾਂ ਚਲੋ ਯਾਰ ਉਹ ਲੁੱਟ ਕੇ ਖਾ ਗਈਆਂ ਹਾਂ ਇੱਕ ਦੋ ਹੀ ਖਾਦੀਆਂ ਨੇ ਆਪਾਂ ਸਾਰਿਆਂ ਦਾ ਚਲੋ ਹਨਾ ਚਲੋ ਯਾਰ ਜਿਹੜਾ ਪਿਆਰ ਚ ਕਹਿੰਦੇ ਕੁੜੀ ਲੁੱਟ ਪੁੱਟ ਕੇ ਲੈ ਗਈ ਸਾਡਾ ਕੰਮ ਟਰੱਕਾ ਹੁਣ ਉਹ ਟਰੱਕ ਤਾਂ ਨਹੀਂ ਲੈ ਗਈ ਹੂੰ ਵੀ ਬੰਦਾ ਲੁੱਟਿਆ ਜਾਂਦਾ ਹੁੰਦਾ ਜੀ ਲੁੱਟਿਆ ਜਾਂਦਾ ਉਹ ਵੀ ਜਜਵਾਤ ਲੁੱਟੇ ਜਾਂ ਨਾ ਬੰਦਾ ਲੁੱਟਿਆ ਗਿਆ ਚਲੋ ਮੇਰੇ ਲੇ ਪੈਸੇ ਹੈਗੇ ਸੀ ਕਿ ਹਨਾ ਮੈਂ ਪੈਸੇ ਦੇ ਦੇ ਪੱਠੇ ਤੋਂ ਹਨਾ ਪੱਠੇ ਦੇ ਕੰਮ ਕੀਤਾ ਆਪਾਂ ਚਲੋ ਵੀਰੇ ਜੇ ਸੱਚ ਦੀ ਕਮਾਈ ਹੋਈ ਆਜੂ ਨਹੀਂ ਜਿੱਦਰ ਗਾ ਬਾਂ ਨੇ ਉਧਰ ਗਾ ਬਿਆਰ ਹੂੰ ਕੀ ਗੱਲ ਕਰ ਰਹੇ ਸੀ ਆਪਾਂ ਯਾਰ ਗੱਲ ਕਮਾ ਲੈਨੇ ਆਪਾਂ ਇਕ ਬਾਲੀ ਹੈ ਨਾ ਕੀ ਜੜੀ ਛੜੀ ਰੀਲ ਹੋਈ ਸੀ ਬਹੁਤ ਜਿਆਦਾ ਫੇਮਸ ਹੋਈ ਸੀ ਬਿਰਜੀ ਤੁਹਾਨੂੰ ਵਿਆਹ ਦੇ ਵਿੱਚ ਕੁੱਟੇ ਸੀ ਡੰਗਰਾ ਵਾਂਗੂ ਲੰਮਾ ਪਾ ਕੇ ਕ੍ਰੀਸਿਆ ਗਿਆ ਸੀ ਤੁਹਾਡੀ ਸਤਰੋਲ ਕਰ ਰਿਆ ਸੀ ਜਨਨੀਆਂ ਦਿੱਚੇ ਬੰਦੇ ਮੈਨੂੰ ਉਹ ਚੀਜ਼ ਬਾਰੇ ਚਾਨਣਾ ਪਾਓ ਆਪਣਾ ਵੀਰੇ ਡੀ ਜੀ ਆੜੀ ਆ ਡੀ ਜੀ ਆਣਾ ਠੀਕ ਹੈ ਮੈਂ ਨਾਮ ਨਹੀਂ ਲਊਂਗਾ ਮੈਨੂੰ ਲੱਗੇ ਕੰਨੇ ਵੀ ਆਏ ਕਰਕੇ ਵੀ ਤਾਂ ਪੈਸੇ ਚੁਕਣੇ ਨੇ ਠੀਕ ਹੈ ਜੀ ਮਾਹ ਠੀਕ ਆ ਬਈ ਉਹੀ ਗੱਲ ਹੁਣ ਆਦਤ ਹੂੰ ਬਈ ਉੱਥੇ ਇੱਕ ਨਿਕਣ ਬਹੂ ਫਿਰੇ ਮੈਨੂੰ ਚਲੋ ਕੁੜੀਆਂ ਤੋਂ ਨਹੀਂ ਪਰ ਮਾਹ ਯਾਰ ਬਹੂ ਤੋਂ ਪਿਆਰ ਲੈ ਲੀਏ ਯਾਰ ਕਿਉਂ ਨਾ ਬਹੂ ਤੋਂ ਬੜੀ ਗੰਦੀ ਸੋਚ ਆ ਤੁਹਾਡੀ ਕਿਉਂ ਬਈ ਨਹੀਂ ਮਤਲਬ ਬੜੀ ਸੁਲਜੀ ਹੋਈ ਸੋਚ ਆ ਤੁਹਾਡੀ ਤੁਸੀਂ ਚੰਗਾ ਸੋਚਿਆ ਵੀ ਅਗਰ ਕੁੜੀ ਤੋਂ ਪਿਆਰ ਨਹੀਂ ਮਿਲਦਾ ਬਹੂ ਤੋਂ ਪਿਆਰ ਲੈ ਲੀਏ ਕਿਉਂ ਬਈ ਤੁਸੀਂ ਬਈ ਅੰਕੜੇ ਕੱਢ ਲਓ ਤੁਸੀਂ ਅੰਕੜੇ ਕੱਢ ਲਓ ਇੰਨੇ ਮੁੰਡਿਆਂ ਦੀਆਂ ਗੱਲਾਂ ਵੀਰੇ ਬਹੂਆਂ ਨਾਲ ਵੀ ਨੇ ਵੀਰੇ ਤਾਂ ਹੀ ਤਾਂ ਘਰ ਪੱਟੇ ਜਾਂਦੇ ਨੇ ਯਾਰ ਜਦੋਂ ਮੁੰਡੇ ਬਈ ਬਈ ਗੱਲ ਸੋਚਣ ਆਏ ਯੂ نو ਮੁੰਡੇ ਗੱਲ ਕਰਨਗੇ ਬਹੂ ਨਾਲ ਘਰ ਪੱਟਿਆ ਜਾਂਦਾ ਬਹੂ ਦਾ ਤਲਾਕ ਨਾਰਮਲ ਆ ਵੀਰੇ ਹੋਣਾ ਨਾ ਠੀਕ ਹੈ ਬੱਟ ਤੇ ਬਹੂ ਦਾ ਤਲਾਕ ਜਿਹਦਾ ਘਰ ਵਾਲਾ ਅਣਖੀ ਆ ਵੀਰੇ ਠੀਕ ਹੈ ਗੱਗੀ ਠੀਕ ਆ ਹਾਂ ਤੁਸੀਂ ਗੱਲ ਪੂਰੀ ਕਰੋ ਆਪਣੀ ਹਾਂ ਵੀਰੇ ਮੈਂ ਕਰਕੇ ਮਹਾਬਾਬੇ ਬਹੂ ਮਾਂ ਬੜੀ ਸੁਣੀ ਆ ਮੈਨੂੰ ਐ ਲੱਗਾ ਵੀ ਯਾਰ ਤਲਾਕ ਸੁਦਾ ਹੈ ਚਾ ਮੈਂ ਆਏ ਕਰਕੇ ਨੋਟ ਪਿਆਦੀਾ ਉੱਥੇ ਨੱਚੀ ਜਾਂਦੀ ਸੀ ਉਹ ਹਨਾ ਹੂੰ ਜਦੋਂ ਨੱਚੀ ਜਾਂਦੀ ਸੀ ਵੀਰੇ ਮੈਂ ਨਾ ਪਿੱਛੋਂ ਦੀ ਜਾ ਕੇ ਨੰਬਰ ਵਨ ਦੀ ਚੰਨੀ ਨਾਲ ਉਹਨੂੰ ਪਤਾ ਲੱਗਿਆ ਮਨੂੰ ਆਏ ਕਰਤਾ ਹੂੰ ਮਾ ਕਰੇ ਜਾ ਕੇ ਕੌਲਮੀ ਹੂੰ ਤੇ ਆਏ ਕਰਤਾ ਮੈਂ ਕੁੜੀ ਨੇ ਮੈਂ ਕਰਤਾ ਬਹੁ ਨੇ ਵੀਰੇ ਕੁੜੀਆਂ ਦਾ ਵੀਰੇ ਮੈਂ ਲੈਕ ਨਹੀਂ ਕਰਦਾ ਕਿਉਂਕਿ ਕੁੜੀਆਂ ਦਾ ਵੀਰੇ ਯਾਰ ਅੱਛਾ ਜੀ ਫੇਰ ਮੇਰੇ ਯਾਰ 10 ਲੱਖ ਰੁਪਇਆ ਯਾਰ ਉਂ ਬ੍ਰਿੱਤਨ ਲੱਖ ਦੀ ਗੱਲ ਹੋ ਚੁੱਕੀ ਆ ਆਪਾਂ ਗੱਲ ਪਿਛੋਰ ਕਰ ਰਹੇ ਸੀ ਤੇ ਬਾਈ ਇਹ ਤੋਂ ਕਰਤਾ ਉਹ ਮੈਨੂੰ ਕਹਿੰਦੇ ਵੀ ਉਰੇ ਆ ਹੂੰ ਕਹਿੰਦੇ ਉਰੇ ਆ ਮਹਾ ਹੂੰ ਕਹਿੰਦੇ ਗੱਲ ਕਰਨੀ ਆ ਜੋ ਗੱਲ ਕਰਨੀ ਮੈਨੂੰ ਡੀਜੇ ਦੇ ਉਲੇ ਲੈ ਗਈ ਹੁਣ ਛਿਆਂ ਹਾਂ ਜੀ ਸਕਰੀਨ ਨਹੀਂ ਬੌਲ ਸਕਰੀਨ ਲੱਗੀ ਹੁੰਦੀ ਆ ਮਾਹਨ ਸਡੀ ਗੱਲ ਬਣ ਗਈ ਮਹਾ ਬਾਬੇ ਗੱਲ ਬਣ ਗਈ ਮਨੂੰ ਆਖਿਆ ਮਹਾਵੀਰ ਮੈਂ ਆਇਆ ਡੀਜੇ ਆਲ ਨੂੰ ਕਹਿੰਦਾ ਛੇਤੀ ਆ ਜੀ ਪੈਸੇ ਡਿੱਗਣਗੇ ਹੁਣ ਹੂੰ ਮਹਾ ਕੋਈ ਨਹੀਂ ਮੈਂ ਗਿਆ ਬਾਬੇ ਹੁਣ ਤਾਂ ਆਪਣੇ ਭਾਈ ਬੁਲਾ ਲੇ ਓਏ ਨਾਲੇ ਆਉਦੇ ਘਰ ਵਾਲਾ ਬੁਲਾ ਲਿਆ ਮੇਰੀ ਤਾਂ ਬਾਹ ਲੈਤੀ ਮਚੋੜ ਆਏ ਮੇ ਮੇਰੀ ਕੰਮ ਉਹ ਮੇਰੀ ਆਏ ਲਾਈ ਬਾਬੇ ਉਹਨੇ ਅੱਛੇ 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 ਪੈਸੇ ਡਿਗੇ ਹੈ ਪੈਸੇ ਡਿਗੇ ਪਰ ਡੀਜੇ ਦੇ ਪਿੱਛੇ ਡਿਗੇ ਪੈਸੇ ਤਾਂ ਪਰਾਂ ਡਿਗਦੇ ਸੀ ਬਾਬੇ ਠੀਕ ਹੈ ਇਧਰ ਠੋਲੂ ਡਿਗਰੇ ਹਾਂ ਇਧਰ ਆ ਆਹ ਮੈਂ ਸਮਝ ਮੈਂ ਸਮਝ ਗਿਆ ਮੈਂ ਸਮਝ ਗਿਆ ਆਏ ਵੱਡਿਆ ਬਾਬੇ ਉਹਨਾਂ ਨੇ ਮੈਂ ਸਮਝ ਗਿਆ ਮੈਂ ਸਮਝ ਗਿਆ ਹਾਂ ਉਹ ਕਹਿੰਦੇ ਸਿੱਟਾ ਕਹਿੰਦੇ ਸਿੱਟਾ ਕੱਢ ਕਹਿੰਦੇ ਠੀਕ ਹੈ ਮਹ ਸਿੱਖਿਆ ਮਹ ਸਿੱਖਿਆ ਹਮ ਆਸ਼ਕੀ ਕਰਨਾ ਪਾਪ ਹੈ ਹੈ ਮਹਾਸ਼ਖਿਆ ਵੀਰੇ ਸਾਰੇ ਨੇ 3 ਆਪਣਾ ਸਾਂਝੇ ਨੇ ਅੱਜ ਤੋਂ ਬਾਅਦ ਨਹੀਂ ਮਾਸਕ ਕਰਦਾ ਸਹੀ ਹੈ ਸਹੀ ਹੈ ਪਰ ਯਾਰ ਰਸੇ ਚੱਪਣ ਦੇ ਆਦ ਪਏ ਦੇਖੋ ਮੇਰੇ ਵੀਰੇ ਕਿੱਡੇ ਨੇਕ ਵਿਚਾਰ ਨੇ ਵੀਰੇ ਤੇ ਹੁਣੇ ਕਹਿ ਕੇ ਟਿਕਦਾ ਸਾਰੀਆਂ 3 ਪੈਣਾ ਸਭ ਦੀਆਂ ਸਾਂਝੀਆਂ ਹਾਂ ਪਰ ਯਾਰ ਅਸੀਂ ਮਾੜਾ ਬੰਦਾ ਨਹੀਂ ਬੁਲਾਇਆ ਪੌਡਕਾਸਟ ਕਰੇ ਹੈ ਅਸੀਂ ਸੁਲਝੇ ਹਜੇ ਮੈਂ ਯਾਰ ਹਜੇ ਮੈਂ ਸੁਲਝ ਬੰਦੇ ਬੁਲਾਏ ਉਹ ਸਿਆਣੀ ਪਿਆਣੀ ਆਡੀਅנס ਹਜੇ ਮੈਂ ਸੁਲਝਾ ਹਾਂ ਯਾਰ ਨਸ਼ੇ ਮੈਂ ਕਰਦਾ ਬਾਬੇ ਹੈ ਜਰਦਾ ਮੈਂ ਬੀੜੀ ਮੇਰੇ ਹੱਥ ਚ ਆ ਯਾਰਾ ਕੋਬੇ ਲੈ ਮੇਰੇ ਮੈਂ ਡਰਦਾ ਤੁਸੀਂ ਕਰ ਮੈਨਰੇ ਇੱਕ ਗੱਲ ਦੱਸੋ ਅੱਪਾ ਮੈਨਰੇ ਇੱਕ ਗੱਲ ਦੱਸੋ ਹਾਂਜੀ ਬੀਬੀ ਨਸ਼ੇ ਮੈਂ ਕਰਦਾ ਆਸ਼ਕ ਮੈਂ ਆ ਕੁੱਟ ਮੈਂ ਖਾਲੀ ਡੀਜਾਂ ਤੇ ਹਨਾ ਕੁੜੀਆਂ ਨੂੰ ਪੈਸੇ ਮੈਂ ਖਵਾਤੇ ਮੈਂ ਕੰਮ ਚੱਜਦਾ ਕਿਹੜਾ ਕਰਿਆ ਮੈਨੂੰ ਇਹ ਤਾਂ ਦੱਸ ਦੋ ਤੁਸੀਂ ਮੈਨੂੰ ਬੁਲਾਇਆ ਕਿਉਂ ਆ ਮੈਥੋਂ ਕੀ ਛੇਤ ਮਿਲੂਗੀ ਉਹਦੇਸ ਨੂੰ ਤੁਸੀਂ ਪੌਡਕਾਸਟਾਂ ਕਰ ਦੋ ਮੈਂ ਵਧੀਆ ਤੁਹਾਡਾ ਕੰਮ ਵਧੀਆ ਵੀਰੇ ਹਨਾ ਕੱਟੀ-ਕੁੱਟੀ ਨਾ ਮੱਥਾਪੜੇ ਲਾਉਂਦੇ ਜਿੰਨੇ ਮੈਮ ਕਹ ਮੈਂ ਥੋੜਾ ਸਾਈਡ ਤੇ ਜਾ ਆਏ ਤੇ ਮੂੰਹ ਕੁੱਟ ਦੂਆਂ ਤਰਾ ਮੈਂ ਕੱਟਿਆ ਤਰਾ ਕੈਮਰਾ ਜਾ ਹੁਣ ਗੱਲ ਸਿੱਧੀ ਜੀ ਆ ਮੇਰੀ ਗੱਲ ਸੁਣ ਵੀਰੇ ਮੈਂ ਮੈਂ ਹੁਣ ਇੰਨੇ ਆਪਦੇ ਬੈਲਦਸ ਤੇ ਮੈਂ ਚੱਜਦਾ ਤਾਂ ਨਹੀਂ ਯਾਰ ਹਾਂਜੀ ਹੈਨਾ ਆਪੋ ਸੱਚੀ ਗੱਲ ਆ ਬਬੇ ਜਿਹੜੀ ਹੈਗੀ ਨਸ਼ਾ ਬੀੜੀ ਪੀਣਾ ਮੈਂ ਹੈਨਾ ਪਰਕੇ ਮਾਲ ਦੀ ਪਰਕੇ ਵੀ ਪੀਣਾ ਹੈਨਾ ਜਿਹੜੀ ਗੱਲ ਆ ਵੀ ਮੇਰੀ ਮੈਂ ਕੀ ਸਹੇ ਤਦ ਨਾ ਯਾਰ ਪਤਾ ਕੀ ਗੱਲ ਆ ਭਾਈ ਇੱਕ ਮਿੰਟ ਤੁਸੀਂ ਪੌਡਕਾਸਟ ਕਰ ਦੋ ਵਧੀਆ ਕਰੋ ਸੋਡਾ ਕਿਤਾ ਵਧੀਆ 400 ਨੂੰ ਪੈਸੇ ਹੁੰਦੇ ਨੇ ਪੈਸੇ ਹਾਂ ਆਉਂ ਪੈਸਾ ਆ ਜਾਂਦਾ ਥੋੜਾ ਕਿੰਨੇ ਕ ਆ ਜਾਂਦੇ ਨੇ ਖਰਚਾ ਪਾਣੀ ਦਾ ਲੱਗਦਾ ਚਲ ਚਲ ਵਧੀਆ ਬਿਰ ਤੁਸੀਂ ਤੁਸੀਂ ਯਾਰ ਕੋਈ ਚੱਜ ਦੇ ਬੰਦੇ ਦੀ ਇੰਟਰਵਿਊ ਕਰੋ ਤੁਸੀਂ ਬਿਰ ਕੋਈ ਮਹਾਨ ਬੰਦਾ ਹੁਣ ਨੀਮੀ ਨਾ ਬਾ ਥਾਪੜੇ ਲਾਉ ਮੈਂ ਤੇਰੇ ਕੋਈ ਜੱਜ ਦਾ ਬੰਦਾ ਕੋਈ ਖੜਿਆਰ ਨੂੰ ਕੁੜੀਆਂ ਨੇ ਕੰਨੀਆਂ ਨੇ ਤਗਮੇ ਜਿੱਤੇ ਕੰਨੀਆਂ ਨੇ ਮੈਡਲ ਜਿੱਤੇ ਕੋਈ ਉਹਨਾਂ ਨੂੰ ਮੂਰੇ ਲੈ ਕੇ ਆਉਂਦਾ ਤੁਸੀਂ ਹਰੇਕ ਨੂੰ ਬੁਲਾ ਲੈਣੇ ਹੋਗੇ ਜਿਨੇ ਕੋਈ 8 18 ਸਾਲ ਦੇ ਨੇ ਵਿਆਹ ਕਰਾਇਆ ਅੱਜ ਕੇ ਤੁਸੀਂ ਪ੍ਰੇਮੀ ਜੋੜਿਆਂ ਦਾ ਇੰਟਰਵਿਊ ਕਰ ਦੋ ਸ਼ੋ ਨੂੰ ਸ਼ਰਮ ਨਹੀਂ ਆਉਂਦੀ ਉਹਦਾ ਜਵਾਬ ਨੇ ਯਾਰ ਤੁਸੀਂ ਉਹਨਾਂ ਨੂੰ ਪੁੱਛਦਾ ਤੁਸੀਂ ਪਹਿਲੀ ਵਾਰੀ ਕਿੱਥੇ ਮਿਲੇ ਸੀ ਕਿਵੇਂ ਮਿਲੇ ਸੀ ਉਹ ਜਵਾਬ ਨੂੰ ਦੱਸੀ ਜਾਂਦੇ ਨੇ ਆਪਣੀਆਂ ਕਰਤੂਤਾਂ ਤੂੰ ਕੀ ਸ਼ੇਤ ਮਿਲਦੀ ਹੋ ਗਈ ਹੋਰ ਜਵਾਬਾਂ ਨੂੰ ਤੁਸੀਂ ਕੋਈ ਚੱਜਦਾ ਵੀਰੇ ਕੱਲੇ ਬਿਊਆਂ ਪਿੱਛੇ ਨਾ ਫਿਰੋ ਚੱਕੇ ਮੂੰਹ ਕਹਿੰਦੇ ਨਾ ਫਲਾਣਾ ਜੀ ਆਵੇ ਵੀਰੇ ਕੋਈ ਇੱਕ ਮਿੰਟ ਪਿੰਡਾਂ ਦੇ ਵੀਰੇ ਗੱਲ ਸੁਣ ਲੈ ਬਸ ਥਾਪੜ ਲਾਉਂ ਮੈਂ ਤੇਰੇ ਜੇ ਮੈਂ ਜੀ ਮੂੰਹ ਹੀ ਮੂੰਹ ਕੁੱਟੂਗਾ ਤੇਰਾ ਬਾਲਣਾ ਬੋਲ ਪਹਿਲਾਂ ਗੱਲ ਸੁਣ ਮੇਰੀ ਉਹ ਹਾਂ ਬਹੁਤ ਬੋਲ ਬਈ ਪੁਕਾਇ ਮਰੀ ਗੱਲ ਸੁਣ ਲੈ ਇੱਕ ਬੰਦੇ ਵਾਂਗੂ ਅੰਨੇ ਸਾਨੂੰ ਅੱਜ ਸੇ ਵੀ ਬੰਦੇ ਨੇ ਪਿੰਡਾਂ ਦੇ ਵਿੱਚ ਠੀਕ ਹੈ ਜਿਹੜੇ ਨਸ਼ਾ ਸੜਾਉਂਦੇ ਨੇ ਜਿਨ੍ਹਾਂ ਨੇ ਐੜੀ ਐੜੀਆਂ ਗੱਲਾਂ ਕੀਤੀਆਂ ਹੋਈਆਂ ਨੇ ਗਿਆ ਹਨਾ ਤੁਸੀਂ ਉਹਨਾਂ ਨੂੰ ਲੈ ਕੇ ਆਓ ਯਾਰ ਮੂਰੇ ਬੀਬਰੇ ਯਾਰ ਤੁਸੀਂ ਤੁਸੀਂ ਵੀਰੇ ਤੁਸੀਂ ਚੰਗੀਆਂ ਸੇਤਾਲੀਆਂ ਜਰ ਪੌੜੋ ਚੰਗੇ ਇਨਸਾਨ ਲੈ ਕੇ ਆਓ ਹੁਣ ਤੁਸੀਂ ਮੈਨੂੰ 4 ਦਿਨ ਹੋ ਗਏ ਦਿੱਤੂ ਮੈਨੂੰ ਬੁੱਕ ਕਰੀਆ ਪਰ ਮੈਂ ਹਰ ਜੱਗ ਇੱਕ ਮਾਫ ਮੈਂ ਚਲੋ ਕੋਈ ਤੂੰ ਹੈ ਤੇਰਾ ਮੇਰੇ ਗਾ ਇੱਕ ਤੂੰ ਤੂੰ ਬੋਲਦਾ ਮੈਨੂੰ ਤੇਰਾ ਤੂੰ ਕਹਿੰਦਾ ਕਿ ਤੂੰ ਮੈਨੂੰ ਵੱਡਾ ਬਾਈ ਕਹਿੰਦਾ ਜਾਂ ਛੋਟਾ ਕਹਿੰਦਾ ਕੋਨਾ ਤੂੰ ਕੋਈ ਗੱਲ ਨਹੀਂ ਵੀਰੇ ਛੋਟੇ ਵੀਰ ਮੈਂ ਤੇਰੀ ਮੈਂ ਮਾਦਰੀ ਜਦਗਾਰ ਦਾ ਤੁਸੀਂ ਆਪਣੀ ਗੱਲ ਰੱਖ ਲੀ ਨਾ ਨਹੀਂ ਇੱਕ ਮਿੰਟ ਸੁਣੋ ਤੁਸੀਂ ਹਰੇਕ ਨੂੰ ਕਹ ਤੁਸੀਂ ਹਰੇਕ ਨੂੰ ਬੁਲਾ ਦੇਖੋ 18 ਸਾਲ ਦੇ ਦਾ ਵਿਆਹ ਹੋਇਆ ਕੁੜੀ ਮੁੰਡਾ ਹਨਾ ਤੁਸੀਂ ਕਿਵੇਂ ਮਿਲੇ ਸੀ ਠੀਕ ਹੈ ਕੋਈ ਐਦਾਂ ਐਵੇਂ ਐਵੇਂ ਕਰਦਾ ਹਨਾ ਤੁਸੀਂ ਉਹਨੂੰ ਬੁਲਾ ਲੈਣ ਨੂੰ ਵੀ ਐਵੇਂ ਐਵੇਂ ਤੁਸੀਂ ਕਿਵੇਂ ਕਰਦੇ ਹੋ ਕੀ ਹੈ ਯਾਰ ਦੇਖੋ ਵੀਰੇ ਮੇਰੀ ਕੋਈ ਤੁਸੀਂ ਚੰਗਾ ਬੰਦਾ ਕੋਈ ਖੜਿਆਰ ਨਾ ਭੇਣ ਲਿਓ ਕੋਈ ਤੁਸੀਂ ਵਧੀਆ ਵੀਰਾ ਕੋਈ ਕਬਾਡੀ ਵਾਲਾ ਲਿਆਓ ਕੋਈ ਇੰਨੇ ਲੇਖਕ ਕੋਈ ਗੱਲ ਨਹੀਂ ਸੁਣਦੇ ਤੁਸੀਂ ਗੱਲ ਨਹੀਂ ਸੁਣਦੇ ਤੁਸੀਂ ਗੱਲ ਨਹੀਂ ਸੁਣਦੇ ਗਾਗੀ ਕੋਈ ਇੰਨੇ ਲੇਖਕ ਬੈਠੇ ਨੇ ਪਿੰਡਾਂ ਦੇ ਵਿੱਚ ਕੋਈ ਲੇਖਕਾਂ ਨੂੰ ਲਿਆਓ ਯਾਰ ਬਾਈ ਮੈਂ ਕੋਈ ਲੇਖਕਾਂ ਨੂੰ ਲਿਆਓ ਯਾਰ ਮੈਂ ਬੋਲਾਂ ਮੈਂ ਬੋਲਾਂ ਬੋਲ ਨਾ ਬੋਲ ਨਾ ਤੂੰ ਬੋਲ ਅਰੇ ਕੀ ਗੱਲ ਆ ਗਾਗੀ ਦੀ ਮੇਰੀ ਸੁਣੋ ਗਾਗੀ ਇਹ ਜਿੱਦਾਂ ਦੀ ਲੋਕਾਂ ਦੀ ਮੈਂਟੈਲਿਟੀ ਹੈ ਨਾ ਸਾਨੂੰ ਉਦਾਂ ਚ ਲੈਣਾ ਪੈਂਦਾ ਮੇਰੇ ਵੀਰ ਮੇਰੀ ਸੁਣ ਗੱਲ ਮੇਰੀ ਸੁਣ ਗੱਲ ਬੋਲੀ ਨਾ ਗਾ ਕੀ ਵੀਰ ਦੇ ਕੇ ਬੋਲੀ ਨਾ ਤੂੰ ਹਨਾ ਹਨਾ ਤੂੰ ਬਹੁਤ ਬੋਲਿਆ ਹੁਣ ਇਹਨੂੰ ਬੋਲਣ ਦੇ ਦੇਖੋ ਛਾਨੇ ਵੀ ਕਾਰ ਚਲਾਉਣਾ ਹੈ ਹਾਂ ਠੀਕ ਹੈ ਨਾ ਸਾਨੂੰ ਪੈਸਿਆਂ ਦੀ ਲੋੜ ਹੈ ਸਟੂਡੀਓ ਪਾਈ ਬੈਠਾ ਉਹ ਦੋ ਮੁੰਡੇ ਕੈਮਰੇ ਪਿੱਛੇ ਖੜੇ ਨੇ ਹਨਾ ਇੱਕ ਮੁੰਡਾ ਮੈਕਾ ਲਵੇ ਖੜਾ ਤਿੰਨ ਮੁੰਡੇ ਦੀ ਆਪਾਂ ਰੋਜੀ ਰੋਟੀ ਚਲਾਉਣੀ ਹੈ ਠੀਕ ਹੈ ਨਾ ਇਹਨਾਂ ਨੂੰ ਤਨਖਾਹਾਂ ਦੇਣੀਆਂ ਐ ਇੰਨੀ ਆਪਾਂ ਨੂੰ ਇਨਕਮ ਆਉਂਦੀ ਹੁਣ ਸਪੋਜ਼ ਕਰੋ ਸੋਡੀ ਥਾਂ ਤੇ ਕੋਈ ਬੈਠਾ ਹੁੰਦਾ ਵਧੀਆ ਕਬੱਡੀ ਦਾ ਖਿਡਾਰੀ ਰਿਟਾਇਰ ਹੋਇਆ ਐਕਸੀਡੈਂਟ ਹੋ ਗਿਆ ਮੰਨ ਲਓ ਉਹਦਾ ਠੀਕ ਹੈ ਨਾ ਆਪਾਂ ਉਹਨੂੰ ਬਿਠਾਇਆ ਉਹਰੇ ਉਹਦੀ ਇੰਟਰਵਿਊ ਕਰੀ ਵਿਊ ਨਹੀਂ ਆਉਂਦਾ ਵਿਊ ਨਹੀਂ ਆਦਾ ਹੁਣ ਦੇਖੋਗੇ ਤਾਂ ਨਹੀਂ ਆਉਂਦਾ ਫਿਰ YouTube ਖਰਾਬ ਹੋ ਜਾਂਦਾ YouTube ਨਹੀਂ ਲੋਕ ਲੋਗ ਮਾਰੇ ਲੋਕ ਮਾਰੇ ਨੇ ਦੇਖ ਵੀਰੇ ਲੋਕ ਮਾਰੇ ਮੇਰੀ ਗੱਲ ਸੁਣ ਦੇਖੋ ਦੇਖ ਗਾਗੀ ਵੀਰ ਦੇਖ ਹੁਣ ਤੂੰ ਆਇਆ ਤੂੰ ਆਇਆ ਵੀਰੇ ਉਹਰੇ ਤੂੰ ਚਟਪਟੀਆਂ ਗੱਲਾਂ ਕਰੀਆ ਹਨਾ ਕੰਨਾ ਚਮੁੰਦਰਾ ਆਸ਼ਕੀ ਦੀਆਂ ਗੱਲਾਂ ਕਰੀਆ ਇਸ਼ਕ ਦੀਆਂ ਗੱਲਾਂ ਕਰੀਆਂ ਕੁੜੀਆਂ ਦੀਆਂ ਗੱਲਾਂ ਕਰੀਆਂ ਬੀੜੀ ਲਾਲੀ ਨਸ਼ੇ ਪੱਤੇ ਦੀਆਂ ਗੱਲਾਂ ਕਰੀਆਂ ਰੀਲਾਂ ਪੈਂਦੀਆਂ ਦੇਖੀ ਤੇਰੀਆਂ ਰੀਲਾਂ ਪੈਂਦੀਆਂ ਦੇਖੀ ਜਿਹੜਾ ਆਸ਼ਕੀ ਦੀਆਂ ਗੱਲਾਂ ਕਰਦਾ ਨਸ਼ੇ ਪੱਤੇ ਦੀਆਂ ਗੱਲਾਂ ਕਰਦਾ ਲੋਕ ਘਟ ਘਟ ਰੀਲਾਂ ਪਾਉਣਗੇ ਤੁਸੀਂ ਮੋਟੀਵੇਟ ਬੰਦਾ ਲਓ ਕੋਈ ਜਿਹਨੇ ਨਸ਼ਾ ਛੱਡਿਆ ਉਹਨੂੰ ਲਓ ਦੇਖਦੇ ਨਹੀਂ ਹੈ ਤੁਸੀਂ ਕੋਈ ਧੀ ਭੈਣ ਲਓ ਜਿਹੜੀ ਸਮਾਜ ਲਈ ਪੰਜਾਬ ਲਈ ਖੜਦੀ ਆ ਯਾਰ ਕੋਈ ਐਨੀਆਂ ਖੜਿਆਰ ਨਾ ਪੈਦਾ ਹੋਈਆਂ ਨੇ ਆਪਣੇ ਪਿੰਡਾਂ ਦੇ ਵਿੱਚ ਉਹ ਐਂ ਰੁੜੀ ਜਾਂਦੇ ਨੇ ਯਾਰ ਕਿਉਂ ਨਹੀਂ ਲੈ ਕੇ ਆਉਂਦੇ ਯਾਰ ਤੁਸੀਂ ਚਲ ਹੁਣ ਤੁਸੀਂ ਕਹਤਾ ਇੱਕ ਵਾਰੀ ਟਰਾਈ ਦਾ ਕਰਕੇ ਦੇਖੋ ਮੈਂ ਟਰਾਈ ਕਰੂਗਾ ਕਿ ਬਿਰ ਮੈਂ ਟਰਾਈ ਕਰੂੰ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦਾ ਮੈਂ ਟਰਾਈ ਕਰੂੰ ਤੁਸੀਂ ਕੋਈ ਚੰਕੀਆਂ ਪਹਿਣਾ ਲੈ ਕੇ ਆਓ ਯਾਰ ਕੋਈ ਚੀਜ਼ ਤੁਸੀਂ ਥੈਂਕ ਯੂ ਸੋ ਮਾਚ ਸਾਰੇ ਦਰਸ਼ਕ ਵੀਰਾਂ ਦਾ ਤੂੰ ਮੈਨੂੰ ਛੱਡ ਲਿਆ ਮਤਲਬ ਬਾਕੀ ਬਾਕੀ ਮੇਰੀ ਗੱਲ ਸੁਣ ਲੋਕ ਸਿਆਣੇ ਨੇ ਕਮੈਂਟਾਂ ਚ ਦੱਸ ਦੇਣਗੇ ਵੀ ਬਾਈ ਕੀ ਨੂੰ ਚੰਗੇ ਨੂੰ ਸੁਣਦਾ ਕਿ ਕੋਈ ਮਾੜੇ ਨੂੰ ਸੁਣਦਾ ਉਹ ਜਿਆਦਾ ਤੁਹਾਡੇ ਚ ਕਸੂਰ ਕੱਢ ਦੇਣਗੇ ਵੀ ਤੁਸੀਂ ਮੂਰੇ ਤੁਸੀਂ ਯਾਰ ਪੈਸੇ ਦੇ ਕਿ ਟ੍ਰੋਲ ਕਰਦੇ ਹੋਗੇ ਤੁਸੀਂ ਉਹ ਕਾਹਦੋਂ ਕਰਦੇ ਹੋ ਬਾਈ ਕਿਸੇ ਨਾਲ ਦੇਖੋ ਵੀਰੇ ਜਣ ਤੁਸੀਂ ਪੈਸੇ ਦੇ ਕੇ ਕਹਿਣੂ ਵੀ ਟ੍ਰੋਲ ਦਿਖਦਾ ਵੀਰੇ ਉਹ बिकਦਾ ਹੈ ਹਨਾ ਜਿਹੜਾ ਬੰਦਾ ਚ ਟ੍ਰੋਲ ਹੋ ਰਿਹਾ ਉਹਨੂੰ ਗਾਲਾਂ ਪੈਰੀਆਂ ਨੇ ਹਨਾ ਅਸੀਂ ਪੋਜ਼ ਕਰੋ ਮੈਂ ਕੋਈ ਸੁਰਤੀ ਦੀ ਗੱਲ ਤੇ ਚੀਜ਼ ਕਰਤੀ ਤੁਸੀਂ ਸਾਨੂੰ ਗਾਲਾਂ ਪੈਣ ਲੱਗੀਆਂ ਤਾਂ ਲੋਕ ਤੁਹਾਡੇ ਪਿੱਛੇ ਪੈ ਜਾਣਗੇ ਤੁਹਾਨੂੰ ਵਿਊ ਆਉਣ ਲੱਗ ਜਾਣਗੇ ਲਾਈਕ ਆਉਣ ਲੱਗ ਜਾਣਗੇ ਕਮੈਂਟ ਆਉਣ ਲੱਗ ਜਾਣਗੇ ਜਿਹੜੀ ਚੀਜ਼ ਦਿਖਦੀ ਹੈ ਉਹ ਚੀਜ਼ बिकਦੀ ਹੈ ਵੀਰੇ ਸੱਚੀ ਸੁੱਚੀ ਚੀਜ਼ ਨਹੀਂ बिकਦੀ ਹੁੰਦਾ ਸਮੈ ਅੱਲਾ ਬੋਲਾ ਗੱਲਾਂ ਕਰੀ ਦਿਖਾਵੇ ਦੀ ਦੁਨੀਆ ਦਿਖਾਵੇ ਹੁਣ ਕਿਸੇ ਵਧੀਆ ਮੁੰਡੇ ਨੇ ਲਿਖਿਆ ਸੀ ਕਹਿੰਦਾ ਕਹਿੰਦਾ ਸੇਵਿਆਂ ਵਿੱਚ ਕੰਧਾਂ ਸਭ ਰੋਲੇ ਕਾਸਟਾਂ ਦੇ ਅੱਜ ਕੱਲ ਐਕਟਿੰਗਾਂ ਹੁਣ ਪੌਡਕਾਸਟਾਂ ਤੇ ਐਕਟਿੰਗਾਂ ਚੱਲਦੀਆਂ ਨੇ ਪੌਡਕਾਸਟਾਂ ਤੇ ਅੱਛਾ ਐਕਟਿੰਗਾਂ ਚੱਲਦੀਆਂ ਨੇ ਨਹੀਂ ਕਰਨੀਆਂ ਪੈਂਦੀਆਂ ਨੇ ਹੁਣ ਚਲੋ ਵੀ ਸੱਚੀਆਂ ਗੱਲਾਂ ਨਹੀਂ ਹੁੰਦੀਆਂ ਇਹ ਬਈ ਚਲੋ ਠੀਕ ਹੈ ਫਿਰ ਗਾਗੀ ਵੀਰ ਪਾ ਬੰਦ ਕਰਦੀ ਹੁਣ ਪੌਡਕਾਸਟ ਬਸ ਮੇਰੇ ਨਾਲ ਤਾਂ ਹੀ ਹੋਇਆ ਵੀਰੇ ਪੈਸੇ ਮੈਂ ਖਵਾਤੇ ਥਾਪੜੇ ਮੈਂ ਘਾਲੇ ਵੀ ਮੈਂ ਵੀ ਯਰ ਕੀਆ ਕੁਝ ਰਾਜਾ ਜੋਗੀ ਹੋਇਆ ਕੰਨੀ ਮੁੰਦਰਾ ਪਾਈਆ ਵੀ ਮੈਂ ਉਦੋਂ ਹੋਰ ਕੋਈ ਆਸ਼ਕੀ ਹੋਗੀ ਪਰ ਅੱਜ ਦੇ ਟਾਈਮ 'ਚ ਤਾਂ ਨਾ ਯਾਰ ਮੈਂ ਗਣਾ ਆਸ਼ਕੂਸ਼ਕ ਨਾ ਬਣੇ ਮਾਂ ਪਿਓ ਉਹਨਾਂ ਨੂੰ ਸੰਭਲੇ ਯਾਰ ਹਨਾ ਹੁਣ ਮੈਂ ਸੋਚਦਾ ਇੱਕ ਕਰੋ ਦਾ ਮਾਲ ਮੈਂ ਹੁਣ ਮੈਂ ਸੋਚਦਾ ਜਿਹੜੇ ਪੈਸੇ ਯਾਰ ਮੈਂ ਕੁੜੀਆਂ ਨੂੰ ਖਵਾਤੇ ਵੀ ਯਾਰ ਮੈਂ ਮੇਰੀ ਮੰਮੀ ਨੂੰ ਯਾਰ ਚੈਨੀ ਕਰਵਾ ਦਿੰਦਾ ਮੇਰੇ ਡੈਡੀ ਨੂੰ ਕੜਾ ਕਰਵਾ ਦਿੰਦਾ ਬਹੁਤ ਸੋਹਣੀ ਸੋਚ ਹੈ ਯਾਰ ਮੈਂ ਮੈਂ ਪੈਸੇ ਯਾਰ ਬੱਦ ਦੇ ਚੰਗੀ ਸੋਚ ਤੁਹਾਡੀ ਹੈ ਤੁਹਾਨੂੰ ਖੁਦ ਨਹੀਂ ਪਤਾ ਤੁਸੀਂ ਇੱਕ ਚੰਗੇ ਇਨਸਾਨ ਹੋ ਮੈਂ ਤੁਹਾਡਾ ਅੰਦਰਲਾ ਚੰਗਾ ਇਨਸਾਨ ਪਛਾਣਿਆ ਸਨ ਤਾਂ ਹੀ ਇੱਥੇ ਲੈ ਕੇ ਮੈਨੂੰ ਲੱਗਦਾ ਯਾਰ ਮੈਂ ਨਾ ਨਸ਼ੇ ਕਰਕੇ ਮੈਂਟਲ ਹੋ ਗਿਆ ਯਾਰ ਮੈਂ ਮੈਂ ਉਹ ਚੌੜ ਚੌੜ ਜਿਹਾ ਨਸ਼ਾ ਕਰਨ ਲੱਗ ਗਿਆ ਯਾਰ ਮੈਂ ਮੈਂ ਕਰਾਂਗੇ ਯਾਰ ਬ੍ਰੇ ਜਿੰਦਗੀ ਖਰਾਬ ਹੋ ਗਈ ਯਾਰ ਮੈਨਾਂ ਅਜ ਕੁਝ ਨਹੀਂ ਦੇਖੋ ਚਲੋ ਯਾਰ ਜਰਮਾ ਮੈਂ ਯਾਰ ਜਵਾਨੀ ਨੇ ਯਾਰ ਮੇਰੀ ਮੈਂ ਹੁੰਦੇ ਹੁਣ ਮੈਂ ਕਰਾਂ ਕੀ ਯਾਰ ਮੈਨੂੰ ਸਮਝ ਨਹੀਂ ਆਉਂਦੇ ਚਲੋ ਰੋਣਾ ਨਹੀਂ ਮੇਰੇ ਵੀਰ ਜੋ ਵੀ ਹੋਇਆ ਨਾ ਜਰਮਾ ਪਰਮਾਤਮਾ ਜੋ ਕਰਦਾ ਸਹੀ ਕਰਦਾ ਹੈ ਤੁਸੀਂ ਬਸ ਰੱਬ ਦਾ ਭਲਾ ਮੰਨੋ ਤੇ ਅੱਗੇ ਵਧੋ ਯਾਰ ਮੈਂ ਕਦੇ ਨਾ ਆਪਣੇ ਮਾ ਪਿਓ ਲਈ ਯਾਰ ਕਦੇ ਸੋਚੀ ਨਹੀਂ ਯਾਰ ਮੈਂ ਕੁੜੀਆਂ ਪਿੱਛੇ ਮੈਂ ਨਸ਼ੇ ਪਿੱਛੇ ਮੈਂ ਕੁੜੀਆਂ ਪਿੱਛੇ ਨੋ ਜਾ ਕਰਨ ਲੱਗਿਆ ਯਾਰ ਤੇਰੇ ਹੋਈ ਕੀ ਜਾਂਦਾ ਮੁੰਨਾ ਜਾਨ ਇੱਕ ਸਰ ਕੋਲੇ ਪੁੱਛਿਆ ਇਹਨਾਂ ਨੂੰ ਵੀ ਭਾਵਕ ਕਰਤਾ ਗਰੇ ਯਾਰ ਮੇਰੇ ਤੇ ਮੈਂ ਬਿਲ ਪ੍ਰਵਾਰ ਵਾਲੀ ਨਹੀਂ ਰੋਟ ਤਾ ਤੂੰ ਇਹਨੂੰ ਕੋ ਵਧੀਆ ਗੁੰਦੇ ਬੁਲਾਇਆ ਗਾ ਪੋਡਕਾਸਟ ਜਿਹਦੇ ਨਾਲ ਸਮਾਜ ਨੂੰ ਸੇਤ ਮੇਰੇ ਯਾਰ ਮੈਂ ਕੀ ਸੇਤ ਦੂੰਗਾ ਯਾਰ ਕੀ ਸੇਤ ਸਾਰਿਆਂ ਦਾ ਸਰੋਤਿਆਂ ਦਾ ਜਿਹੜੇ ਮੇਰੇ ਵੀ ਸਾਡੇ ਪੋਡਕਾਸਟ ਨਾਲ ਜੁੜੇ ਜਿਨ੍ਹਾਂ ਨੇ ਸਾਨੂੰ ਇਨਾ ਸਮਾਂ ਦਿੱਤਾ ਟਾਈਮ ਕੱਢ ਕੇ ਸਾਡੀ ਪੌਡਕਾਸਟ ਦੇਖੀ ਸ਼ੇਅਰ ਕੀਤੀ ਲਾਈਕ ਕੀਤੀ ਕਮੈਂਟ ਕੀਤੀ ਥੈਂਕ ਯੂ ਸੋ ਮੱਚ